ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਜਿੱਥੇ ਅਸੀਂ ਕਾਫੀ ਸਮੇਂ ਤੋਂ ਇਹੀ ਸੁਣਦੇ ਰਹੇ ਕਿ ਆਸਟ੍ਰੇਲੀਆ ਬਹੁਤ ਜ਼ਿਆਦਾ ਸਟ੍ਰਿਕਟ ਹੈ, ਤਾਂ ਵੀਜ਼ਾ ਵੀ ਪਹਿਲਾਂ ਲਿਮਿਟਿਡ ਆ ਰਹੇ ਸੀ, ਪਰ ਅੱਜ ਦੀ ਗੱਲ ਕਰੀਏ ਬਹੁਤ ਪੋਜ਼ਿਟਿਵ ਰਿਜ਼ਲਟਸ ਨੇ, ਡੇਲੀ ਜੋ ਹੈ ਕਈ ਵੀਜ਼ਾ ਲੱਗ ਕੇ ਆ ਰਹੇ ਨੇ। ਸੋ ਅਸੀਂ ਜ਼ਰੂਰ ਇਸ ਲਈ ਸਟੂਡੈਂਟਸ ਨੂੰ ਹੁਣ ਇਸ ਸਮੇਂ ਲਈ ਖਾਸ ਤੌਰ 'ਤੇ ਗਾਈਡ ਕਰਨਾ ਚਾਹਾਂਗੇ ਕਿ ਇਸ ਸਮੇਂ ਦਾ ਜਦੋਂ ਕਿ ਚੰਗਾ ਪੋਜ਼ਿਟਿਵ ਸਕਸੈਸ ਰੇਟ ਦੇਖਿਆ ਜਾ ਰਿਹਾ ਸਟੱਡੀ ਵੀਜ਼ਾਸ ਨੂੰ ਲੈ ਕੇ, ਤਾਂ ਸਟੂਡੈਂਟਸ ਨੂੰ ਇੱਥੇ ਡਿਲੇਅ ਨਹੀਂ ਕਰਨਾ ਚਾਹੀਦਾ। ਕਿਵੇਂ ਤੁਸੀਂ ਇਸ ਸਮੇਂ ਦਾ ਫਾਇਦਾ ਲੈ ਸਕਦੇ ਹੋ, ਕਿਸ ਤਰ੍ਹਾਂ ਦੀ ਤੁਹਾਨੂੰ ਕੋਰਸ ਸਿਲੈਕਸ਼ਨ ਜਾਂ ਕਿਸ ਤਰ੍ਹਾਂ ਦੀ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨੀ ਚਾਹੀਦੀ ਹੈ ਤਾਂ ਕਿ ਤੁਸੀਂ ਅਗਰ ਆਪਣੀ ਫਾਈਲ ਲਗਾ ਰਹੇ ਹੋ ਤਾਂ ਉਸ ਉੱਪਰ ਯਕੀਨੀ ਕਰ ਸਕੋ ਕਿ ਤੁਹਾਡਾ ਵੀਜ਼ਾ ਆਏਗਾ। ਨਾਲ ਆਪਾਂ ਮਾਸਟਰਸ ਵਾਲਿਆਂ ਦੀ ਵੀ ਗੱਲ ਜ਼ਰੂਰ ਕਰੀਏ ਕਿ ਇੱਕ ਵਾਰੀ ਮਾਸਟਰਸ ਕਰ ਲਈ ਹੈ, ਦੁਬਾਰਾ ਹੁਣ ਤੁਸੀਂ ਮਾਸਟਰਸ ਕਰਨਾ ਚਾਹੁੰਦੇ ਹੋ ਅਤੇ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੀ ਗੱਲਾਂ ਦਾ ਇੱਥੇ ਧਿਆਨ ਰੱਖਣਾ ਹੀ ਪਏਗਾ, ਸਹੀ ਸਿਲੈਕਸ਼ਨ ਕੀ ਹੈ ਤੁਹਾਡੇ ਲਈ, ਇਸ ਦੇ ਉੱਪਰ ਐਕਸਪਰਟ ਓਪੀਨੀਅਨ, ਐਕਸਪਰਟ ਗਾਈਡੈਂਸ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮੈਮ, ਅੱਜ ਦੇ ਟਾਈਮ ਦੀ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਬੜਾ ਪੋਜ਼ਿਟਿਵ ਵਾਈਬਸ ਆਪਾਂ ਦੇਖ ਰਹੇ ਹਾਂ, ਵੀਜ਼ਾ ਅੱਛੀ ਰੇਸ਼ੋ ਵਿੱਚ ਆ ਰਹੇ ਨੇ। ਸੋ ਸਟੂਡੈਂਟ ਵੀ ਖੁਸ਼ ਨੇ, ਕੰਸਲਟੈਂਟਸ ਵੀ ਖੁਸ਼ ਨੇ, ਪਰ ਆਪਾਂ ਪ੍ਰੋਫਾਈਲ ਦੇ ਉੱਪਰ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਸੈਕਰੀਫਾਈਜ਼ ਨਹੀਂ ਕਰ ਸਕਦੇ। ਸਟੂਡੈਂਟ ਇੱਥੇ ਇਹ ਤਾਂ ਨਹੀਂ ਸੋਚ ਸਕਦਾ ਕਿ ਹੁਣ ਵੀਜ਼ਾ ਆ ਰਹੇ ਨੇ ਤਾਂ ਸਾਡੀ ਪ੍ਰੋਫਾਈਲ ਜਿਸ ਤਰ੍ਹਾਂ ਦੀ ਵੀ ਹੈ, ਜਿਸ ਤਰ੍ਹਾਂ ਦਾ ਵੀ ਅਸੀਂ ਕੋਰਸ ਲਵਾਂਗੇ, ਵੀਜ਼ਾ ਲੱਗ ਜਾਏਗਾ। ਤਾਂ ਮੈਂ ਜ਼ਰੂਰ ਤੁਹਾਡੇ ਤੋਂ ਇਹ ਜਾਣਨਾ ਚਾਹੂੰਗੀ ਕਿ ਪਹਿਲਾਂ ਤਾਂ ਇਹ ਵੀ ਜ਼ਰੂਰ ਦੱਸੋ, ਹੁਣ ਜਿਹੜੇ ਰੀਸੈਂਟਲੀ ਵੀਜ਼ਾ ਆ ਰਹੇ ਨੇ ਉਹਨਾਂ ਪ੍ਰੋਫਾਈਲਸ ਵਿੱਚ ਪੋਜ਼ਿਟਿਵ ਫੈਕਟਰਸ ਕੀ ਰਹੇ, ਅੱਗੋਂ ਜਿਨ੍ਹਾਂ ਨੇ ਹੁਣ ਅਪਲਾਈ ਕਰਨਾ ਉਹ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਔਰ ਇਹ ਪੋਜ਼ਿਟਿਵ ਰਿਜ਼ਲਟਸ ਦਾ ਉਹ ਵੀ ਫਾਇਦਾ ਲੈ ਸਕਣ। ਦੇਖੋ ਹਰਜੋਤ, ਜਿਹੜੇ ਸਟੂਡੈਂਟਸ ਆਸਟ੍ਰੇਲੀਆ ਜਾਣ ਦੇ ਚਾਹਵਾਨ ਹੈ ਔਰ ਪੋਜ਼ਿਟਿਵ ਪ੍ਰੋਫਾਈਲ ਉਹਨਾਂ ਦੀ, ਮਤਲਬ ਕਿਵੇਂ ਵੀਜ਼ਾ ਆਏ ਜੀ, ਵੀਜ਼ਾ ਆਉਣ ਦੇ ਵਾਸਤੇ ਹਮੇਸ਼ਾ ਇਹ ਦੇਖਦੇ ਸਬਜੈਕਟ ਅੱਛੇ ਹੋਣੇ ਚਾਹੀਦੇ ਆ। ਜਿੱਦਾਂ ਆਰਟਸ ਦੇ ਸਬਜੈਕਟ ਹੋ ਗਏ, ਪੇਂਟਿੰਗ ਹੋ ਗਈ, ਲੈਂਗੁਏਜ ਹੋ ਗਈ, ਇੰਗਲਿਸ਼ ਨੂੰ ਛੱਡ ਕੇ ਦੇ ਡੋਂਟ ਕਾਊਂਟ, ਠੀਕ ਹੈ ਨਾ। ਸਬਜੈਕਟ ਤੁਹਾਡੇ ਬਹੁਤ ਅੱਛੇ ਹੋਣੇ ਚਾਹੀਦੇ, ਜਿੱਦਾਂ ਕਾਇੰਡ ਆਫ ਇੰਜੀਨੀਅਰਿੰਗ ਹੋ ਗਿਆ, ਆਈ ਟੀ ਦੇ ਸਬਜੈਕਟਸ ਹੋ ਗਏ ਤੁਹਾਡੇ, ਜਿੱਦਾਂ ਮਤਲਬ ਬਿਜ਼ਨਸ ਦੇ ਅੱਛੇ ਸਬਜੈਕਟਸ ਹੋ ਗਏ, ਇੱਦਾਂ ਦੇ ਕੋਈ ਵੀ ਸਬਜੈਕਟ ਹੋਣ, ਦੋ ਸਬਜੈਕਟਸ ਵਿੱਚ ਆਰ ਯੂ ਨੋ ਜਿਹੜੇ ਇੱਕ ਪ੍ਰੋਡਕਟਿਵਿਟੀ ਆਊਟਪੁੱਟ ਦਿੰਦੇ ਆ ਉਹਨਾਂ ਨੂੰ ਉਹ ਕੰਸਿਡਰ ਕਰਦੇ ਆ, ਉਸ ਦੇ ਨਾਲ ਤੁਹਾਡਾ ਪ੍ਰੋਫਾਈਲ ਪੋਜ਼ਿਟਿਵ ਹੁੰਦਾ, ਗੈਪ ਘੱਟ ਤੋਂ ਘੱਟ ਹੋਏ। ਔਰ ਜਿਹੜੇ ਬੱਚੇ ਮਾਸਟਰਸ ਵਾਸਤੇ ਜਾ ਰਹੇ ਆ ਉਹ ਜੋਬ ਕਰ ਰਹੇ ਹੋਣ, ਉਹਨਾਂ ਦੀ ਸੈਲਰੀ ਅਕਾਊਂਟ 'ਚ ਆ ਰਹੀ ਹੈ, ਉਹਨਾਂ ਦੇ ਜਿਹੜੇ ਵੈਬਸਾਈਟ ਪ੍ਰੋਪਰ ਹੋਏ ਜਿੱਥੇ ਜੋਬ ਕਰ ਰਹੇ ਆ, ਉਹਨਾਂ ਦੀ ਵੈਰੀਫਿਕੇਸ਼ਨ ਵਾਸਤੇ ਜਿਹੜੀ ਈਮੇਲ ਆਈ ਡੀ ਹੈ ਉਹ ਜਿਹੜਾ ਉਸੇ ਵੈਬਸਾਈਟ ਦੇ ਨਾਲ ਲਿੰਕ ਹੋਏ, ਜੀਮੇਲ, ਵਾਈਮੇਲ ਜਾਂ ਯਾਹੋ ਇਹਨਾਂ ਦੀ ਉਹ ਆਈ ਡੀ ਨਹੀਂ ਕਾਊਂਟ ਕਰਦੇ। ਇਹ ਚੀਜ਼ਾਂ ਜਿਹੜੀ ਹੈ ਮੇਨ ਸਟਰੋਂਗ ਹੁੰਦੀ ਹੈ ਕਿ ਜਦ ਹਰ ਪਰੂਫ ਤੁਹਾਡੇ ਕੋਲ ਐਕਚੁਅਲ ਹੈ, ਜਾਂ ਪਲੱਸ ਟੂ ਵਾਲਾ ਬੱਚਾ ਜਿਹਦਾ ਗੈਪ ਨਹੀਂ ਹੈ ਔਰ ਜਿਹਦਾ ਆਇਲਸ ਪ੍ਰੋਪਰ ਹੈ, ਫੰਡਸ ਪ੍ਰੋਪਰ ਹੈ, ਆਟੋ ਗ੍ਰਾਂਟ ਆ ਜਾਂਦੇ, ਇਹ ਬੱਚਿਆਂ ਦੇ ਆਟੋ ਗ੍ਰਾਂਟ ਵੀਜ਼ਾ ਮਿਲਣਗੇ ਤੁਹਾਨੂੰ, ਕਿਉਂਕਿ ਸਿਸਟਮ 'ਚ ਫੀਡ ਹੁੰਦਾ ਕਿ ਕਿਹੜੇ ਬੱਚੇ ਨੂੰ ਬਿਨਾਂ ਕੋਈ ਚੈਕਿੰਗ ਦੇ ਅਸੀਂ ਵੀਜ਼ਾ ਦੇ ਸਕਦੇ ਹਾਂ। ਹੁਣ ਤੁਸੀਂ ਇਹ ਦੇਖੋ ਕਿ ਜੋ ਬੱਚਾ ਮੈਰਿਡ ਹੈ ਉਹ ਮਾਸਟਰਸ ਵਾਸਤੇ ਜਾਣਾ ਚਾਹੁੰਦਾ ਜਾਂ ਫਿਰ ਡਬਲ ਮਾਸਟਰਸ ਵਾਸਤੇ ਜਾਣਾ ਚਾਹੁੰਦਾ, ਤਾਂ ਮਾਸਟਰ ਬਾਈ ਰਿਸਰਚ, ਆਪਾਂ ਸਕੂਲਿੰਗ ਦੀ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਮੈਂ ਕਿਹਾ ਸੀਗਾ ਕਿ ਜਾਂ ਤਾਂ ਸਕੂਲਿੰਗ ਵੀਜ਼ਾ ਜਾਂ ਰਿਸਰਚ ਸਟੂਡੈਂਟ ਨੂੰ ਪ੍ਰਿਓਰਿਟੀ ਦੇ ਰਹੇ ਆ। ਮਾਸਟਰ ਬਾਈ ਰਿਸਰਚ ਤੁਸੀਂ ਲਓ, ਮਾਸਟਰ ਆਲਰੇਡੀ ਕੀਤੀ ਹੋਈ ਹੈ, ਮਾਸਟਰ ਬਾਈ ਰਿਸਰਚ ਵਿੱਚ ਪੋਸਟ ਸਟੱਡੀ ਵਰਕ ਪਰਮਿਟ ਵੀ ਕਾਫੀ ਲੰਬਾ ਹੁੰਦਾ, ਅਪ ਟੂ 5 ਈਅਰਸ ਦਾ ਹੁੰਦਾ। ਇੱਦਾਂ ਦੇ ਬੱਚਿਆਂ ਦੇ ਵੀਜ਼ੇ ਵੀ ਆਟੋ ਗ੍ਰਾਂਟ ਸਾਡੇ ਕੋਲ ਆਏ ਆ, ਅਤੇ ਜੇ ਤੁਸੀਂ ਕੋਰਸ ਦੀ ਸਿਲੈਕਸ਼ਨ ਤੁਹਾਡੀ ਠੀਕ ਹੋਏਗੀ, ਆਲਰੇਡੀ ਮਾਸਟਰਸ ਕੀਤੀ ਹੈ, ਹੁਣ ਨੈਕਸਟ ਮਾਸਟਰਸ ਕਿਹਦੇ ਵਿੱਚ ਕਰੋਗੇ, ਉਹ ਸੇਮ ਮਾਸਟਰਸ ਲੈ ਲਈ ਤਾਂ ਯੂਨੀਵਰਸਿਟੀ ਹੀ ਰਿਜੈਕਟ ਕਰ ਦੇਗੀ,
ਅੰਬੈਸੀ ਤਾਂ ਅਲੱਗ ਗੱਲ ਹੈ, ਫਸਟ ਸਟੈਪ ਤਾਂ ਹੀ ਰਿਜੈਕਟ ਹੋ ਜਾਏਗਾ। ਜੇ ਤੁਸੀਂ ਜਿਹੜੀ ਮਾਸਟਰਸ ਕੀਤੀ ਹੈ ਉਹਦੀ ਜਿਹੜੀ ਨੈਕਸਟ ਮਾਸਟਰਸ ਹੈ, ਮੀਨਸ ਤੁਹਾਡਾ, ਮੈਂ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰੂੰਗੀ ਕਿ ਜੇ ਹੁਣ ਕੀਤਾ ਉਹਦੇ ਵਿੱਚ ਇੱਕ ਸਬਜੈਕਟ ਸੀਗੇ ਨੈਕਸਟ ਮਾਸਟਰ ਦਾ, ਔਰ ਨੈਕਸਟ ਮਾਸਟਰ 'ਚ ਉਹਦੇ ਮੇਨ ਸਪੈਸ਼ਲਾਈਜੇਸ਼ਨ ਦੇ ਵਾਸਤੇ ਚਾਰ ਸਬਜੈਕਟ ਹੈ। ਦੈਟ ਮੀਨਸ ਤੁਸੀਂ ਜਿਹੜਾ ਪਿੱਛੇ ਪੜ੍ਹਿਆ ਸੀ ਉਸ ਤੋਂ ਜ਼ਿਆਦਾ ਉਹਦੇ ਵਿੱਚ ਪੜ੍ਹਨ ਵਾਲੇ ਹੋ, ਉਸ ਤੋਂ ਤੁਸੀਂ ਜ਼ਿਆਦਾ ਨੌਲੇਜ ਗੇਨ ਕਰਨ ਵਾਲੇ ਹੋ, ਫਿਰ ਤੁਹਾਨੂੰ ਉਹ ਨੈਕਸਟ ਮਾਸਟਰ ਦਿੱਤੀ ਜਾਏਗੀ ਔਰ ਤੁਹਾਡਾ ਵੀਜ਼ਾ ਵੀ ਗ੍ਰਾਂਟ ਹੋਏਗਾ। ਇੱਦਾਂ ਹੀ ਜੇ ਮੈਰਿਡ ਹੋ ਤੁਸੀਂ ਅਤੇ ਤੁਹਾਡੀ ਮੈਰਿਜ ਘੱਟ ਤੋਂ ਘੱਟ 1 ਈਅਰ ਓਲਡ ਹੋਣੀ ਚਾਹੀਦੀ ਹੈ। ਹੁਣ ਮੈਰਿਡ ਹੋ, ਮਾਸਟਰਸ ਕੀਤੀ ਹੋਈ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੋਈ ਮਾਸਟਰਸ ਵਿੱਚ ਜਾ ਰਹੇ ਹੋ, ਮਾਸਟਰਸ ਦਿੱਤੇ ਹੋਏ ਆ ਤਾਂ ਮਾਸਟਰ ਬਾਈ ਰਿਸਰਚ ਵਿੱਚ ਜਾ ਰਹੇ ਹੋ ਜਾਂ ਸੈਕਿੰਡ ਮਾਸਟਰਸ ਵਿੱਚ ਜਾ ਰਹੇ ਹੋ, ਤਾਂ ਨੈਚੁਰਲ ਆ ਗੈਪ ਹੈ। ਗੈਪ ਮੀਨਸ ਕਿ ਜਦੋਂ ਤੁਸੀਂ ਜੋਬ ਕਰ ਰਹੇ ਹੋ ਤੁਹਾਡੀ ਸੈਲਰੀ ਅਕਾਊਂਟ 'ਚ ਆ ਰਹੀ ਹੈ ਔਰ ਤੁਹਾਡੀ ਪ੍ਰੋਪਰ ਸੈਲਰੀ ਸਲਿਪਸ ਹੈ, ਅਕਾਊਂਟ ਸਟੇਟਮੈਂਟ ਹੈ, ਫੰਡਿੰਗ ਪ੍ਰੋਪਰ ਹੈ, ਇਨਕਮ ਟੈਕਸ ਪ੍ਰੋਪਰ ਹੈ, ਫਿਰ ਤੁਹਾਨੂੰ ਕੋਈ ਐਡਮਿਸ਼ਨ ਦੀ ਵੀ ਪ੍ਰੋਬਲਮ ਨਹੀਂ ਹੈ, ਵੀਜ਼ੇ ਦੀ ਵੀ ਪ੍ਰੋਬਲਮ ਨਹੀਂ। ਆਸਟ੍ਰੇਲੀਆ ਜਿਹੜਾ ਸਾਰਾ ਪੇਪਰਾਂ ਦਾ ਖੇਲ ਹੈ, ਉੱਥੇ ਪੇਪਰ ਜਾਂ ਤੁਹਾਡੇ ਪੂਰੇ ਹੈ ਤਾਂ ਵੀਜ਼ੇ ਦੀ ਕੋਈ ਪ੍ਰੋਬਲਮ ਨਹੀਂ। ਜੀ ਬਿਲਕੁਲ। ਸੋ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਜਿਵੇਂ ਮੈਮ ਨੇ ਗੱਲ ਕਿਹਾ ਕਿ ਪੇਪਰ ਵਰਕ ਤੁਹਾਡਾ ਵਧੀਆ ਹੈ ਤਾਂ ਤੁਹਾਡਾ ਵੀਜ਼ਾ ਲੱਗਣ ਦੇ ਚਾਂਸਿਸ ਉਨੇ ਹੀ ਜ਼ਿਆਦਾ ਵੱਧ ਜਾਂਦੇ ਨੇ। ਅਤੇ ਦੇਖੋ ਇੱਕ ਸਹੀ ਢੰਗ ਦੇ ਨਾਲ ਫਾਈਲ ਦੇ ਉੱਪਰ ਕੰਮ, ਪੇਪਰ ਵਰਕ, ਡਾਕੂਮੈਂਟੇਸ਼ਨ ਦਾ ਜਿਹੜਾ ਸਾਰਾ ਕੰਮ ਹੈ ਉਹ ਐਕਸਪਰਟ ਕੰਸਲਟੈਂਟ ਹੀ ਕਰ ਸਕਦਾ ਜਿਨ੍ਹਾਂ ਨੂੰ ਸਾਲਾਂ ਦਾ ਤਜ਼ਰਬਾ ਹੋਵੇ। ਔਰ ਨੈਵੀਗੇਟਰਸ ਓਵਰਸੀਜ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਕਰੀਬਨ 28-29 ਸਾਲਾਂ ਤੋਂ ਮੈਮ ਜੋ ਹੈ ਸਟੂਡੈਂਟਸ ਨੂੰ ਗਾਈਡ ਕਰਦੇ ਆ ਰਹੇ ਨੇ, ਢੇਰੋ ਹੀ ਫਾਈਲਸ ਉੱਪਰ ਕੰਮ ਕੀਤਾ, ਢੇਰੋ ਹੀ ਵੀਜ਼ਾ ਲੈ ਕੇ ਆਏ ਹੋਏ ਨੇ। ਸੋ ਤੁਸੀਂ ਵੀ ਉਹਨਾਂ ਵਿੱਚ ਇੱਕ ਹੋ ਸਕਦੇ ਹੋ ਜੇਕਰ ਤੁਸੀਂ ਮੈਮ ਤੋਂ ਗਾਈਡੈਂਸ ਲੈਣਾ ਚਾਹੁੰਦੇ ਹੋ ਅਤੇ ਟਾਈਮਲੀ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ, ਕੋਈ ਸਵਾਲ ਤੁਹਾਡੇ ਮਨ ਵਿੱਚ ਚੱਲ ਰਹੇ ਨੇ, ਡਾਊਟਸ ਨੇ, ਤੁਹਾਨੂੰ ਸਮਝ ਨਹੀਂ ਆ ਰਿਹਾ ਕਿਵੇਂ ਅਸੀਂ ਆਪਣਾ ਪ੍ਰੋਸੈਸ ਅੱਗੇ ਵਧਾਈਏ, ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਆ ਇਸ ਉੱਪਰ ਟਾਈਮਲੀ ਕਾਲ ਕਰੋ, ਪੂਰੀ ਸਹੀ ਸਲਾਹ ਦੇ ਨਾਲ ਅੱਗੇ ਵਧੋ। ਬਹੁਤ ਹੀ ਚੰਗਾ ਹੋਏਗਾ ਜੇਕਰ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰਦੇ ਹੋ ਤਾਂ ਕਿ ਅਸੈਸਮੈਂਟ ਕਰਕੇ ਤੁਹਾਨੂੰ ਬਿਲਕੁਲ ਸਹੀ ਆਪਸ਼ਨਸ ਗਾਈਡ ਕੀਤੀਆਂ ਜਾ ਸਕਣ ਜਿਸ ਦੇ ਨਾਲ ਤੁਹਾਡਾ ਵੀਜ਼ਾ ਚਾਂਸਿਸ ਵਧਣ ਅਤੇ ਤੁਹਾਡੇ ਫਿਊਚਰ ਨੂੰ ਲੈ ਕੇ ਤੁਸੀਂ ਸਹੀ ਆਪਸ਼ਨ ਦੇ ਨਾਲ ਹੀ ਅੱਗੇ ਵਧੋ। ਬਹੁਤ ਬਹੁਤ ਥੈਂਕਸ ਮੈਮ, ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।